थोड़े समय पहला परमीश वर्मा की मूवी मैं ते बापू रिलीज हुई सी। मैंने यह मूवी थिएटर विच तां नहीं देखी सी क्योंकि इस मूवी बारे कुछ खास गल्लां सुनिया नहीं सी। बहुत सारे लोगों नूं तां पता ही नहीं सी कि यह मूवी रिलीज हुई है, पर कल यह मूवी मैंने OTT प्लेटफॉर्म चौपाल ते देखी सी। करदिआं गल्लबात इस मूवी बारे, उस तो पहला चैनल नूं सबसक्राइब कर दो ते बैल आइकन भी प्रेस कर दिओ तां कि तुहानूं सारियां अपडेट मिलदियां रहिण। ਤਾਂ ਵੀਡੀਓ ਕਰਦਿਆਂ ਸ਼ੁਰੂ। ਤਾਂ ਜਿਹੜੀ ਇਹ ਮੈਂ ਤੇ ਬਾਪੂ ਨਾਂ ਦੀ ਫਿਲਮ ਹੈ, ਇਸ ਵਿੱਚ ਪਰਮੀਸ਼ ਵਰਮਾ ਮੇਨ ਲੀਡ ਵਿੱਚ ਨਜ਼ਰ ਆਉਂਦਾ ਹੈ ਅਤੇ ਨਾਲ ਉਹਨਾਂ ਦੇ ਸਾਥ ਦਿੱਤਾ ਹੈ ਸੰਜੀਦਾ ਸ਼ੇਖ ਨੇ ਅਤੇ ਬਾਕੀ ਅਦਰ ਆਰਟਿਸਟ ਨੇ ਸੁਨੀਤਾ ਧੀਰ, ਸਤੀਸ਼ ਵਰਮਾ, ਸੁਖੀ ਚਹਿਲ ਅਤੇ ਗੁਰਮੀਤ ਸੱਜਣ। ਅਤੇ ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਉਦੇ ਪ੍ਰਤਾਪ ਸਿੰਘ ਨੇ। ਜੇ ਮੂਵੀ ਦੀ ਕਹਾਣੀ ਦੀ ਗੱਲ ਕਰੀਏ ਤਾਂ ਦੁਨੀਆ 'ਚ ਸਭ ਨਾਲੋਂ ਵੱਧ ਜੋ ਵਧੀਆ ਰਿਸ਼ਤਾ ਹੁੰਦਾ ਹੈ ਉਹ ਪਿਓ ਪੁੱਤ ਦਾ ਹੁੰਦਾ ਹੈ ਅਤੇ ਪਿਓ ਪੁੱਤ ਦੇ ਰਿਸ਼ਤੇ ਉੱਤੇ ਹੀ ਇਹ ਮੂਵੀ ਬਣਾਈ ਹੈ। ਮੂਵੀ ਵਿੱਚ ਕਮੇਡੀ ਹੈ ਅਤੇ ਪਿਓ ਪੁੱਤ ਵਿਚਾਲੇ ਜਿਹੜੀ ਨੋਕ ਜੋਕ ਹੈ ਉਹ ਵੀ ਦਿਖਾਈ ਗਈ ਹੈ, ਪਰ ਜੇ ਸਟੋਰੀ ਦੀ ਗੱਲ ਕਰੀਏ ਮੂਵੀ ਦੀ ਉਹ ਥੋੜ੍ਹੀ ਜਿਹੀ ਢਿੱਲੀ ਪੈ ਜਾਂਦੀ ਹੈ। ਮਤਲਬ ਇਸ ਮੂਵੀ ਦੇ ਕਰੈਕਟਰ ਨੇ ਜੋ ਉਹ ਕਾਫੀ ਢਿੱਲੇ ਨੇ, ਉਹਨਾਂ ਨੂੰ ਚੰਗੀ ਤਰ੍ਹਾਂ ਡਿਵੈਲਪ ਨਹੀਂ ਕੀਤਾ ਗਿਆ। ਇਹ ਮੂਵੀ 1 ਘੰਟਾ 45 ਮਿੰਟ ਦੀ ਹੈ, ਜਿਸ ਕਾਰਨ ਇਸ ਮੂਵੀ ਵਿੱਚ ਕੁਝ ਜ਼ਿਆਦਾ ਦੇਖਣ ਨੂੰ ਨਹੀਂ ਮਿਲਦਾ। ਮੇਕਰਸ ਨੂੰ ਇਸ ਮੂਵੀ ਦੀ ਕਹਾਣੀ ਨੂੰ ਡਿਵੈਲਪ ਕਰਨਾ ਚਾਹੀਦਾ ਸੀ। ਜੇ ਮੂਵੀ ਦੀ ਕਹਾਣੀ ਵਧੀਆ ਹੁੰਦੀ ਤਾਂ ਇਹ ਮੂਵੀ ਹਿੱਟ ਸਾਬਿਤ ਹੋ ਸਕਦੀ ਸੀ। ਬਾਕੀ ਜੋ ਵੀ ਇਸ ਮੂਵੀ ਦੇ ਸੌਂਗ ਨੇ ਉਹ ਠੀਕ ਠਾਕ ਨੇ ਅਤੇ ਇੱਕ ਗਾਣਾ ਹੈ ਜੋ ਵੀਰ ਸਿੰਘ ਦਾ ਹੀ ਲਿਖਿਆ ਅਤੇ ਉਹਨਾਂ ਦੁਆਰਾ ਹੀ ਗਾਇਆ ਗਿਆ ਹੈ ਜੋ ਸਭ ਨਾਲੋਂ ਵਧੀਆ ਹੈ। ਬਾਕੀ ਗਾਣੇ ਤਾਂ ਨੋਰਮਲ ਹੀ ਨੇ। ਜੇ ਗੱਲ ਕਰੀਏ ਕਿ ਇਹ ਮੂਵੀ ਫਲੋਪ ਕਿਉਂ ਹੋ ਗਈ, ਤਾਂ ਇਸ ਦੀ ਕਹਾਣੀ ਹੀ ਮੂਵੀ ਦੇ ਫਲੋਪ ਹੋਣ ਦਾ ਮੇਨ ਰੀਜ਼ਨ ਹੈ ਅਤੇ ਦੂਜੇ ਨੰਬਰ 'ਤੇ ਇਸ ਮੂਵੀ ਬਾਰੇ ਲੋਕਾਂ ਨੂੰ ਕੁਝ ਪਤਾ ਹੀ ਨਹੀਂ ਸੀ, ਇਹ ਵੀ ਇੱਕ ਕਾਰਨ ਬਣਿਆ ਮੂਵੀ ਦੇ ਫਲੋਪ ਹੋਣ ਦਾ। ਤੀਜੀ ਗੱਲ, ਇਸ ਮੂਵੀ ਨੂੰ ਸਟਰੋਂਗ ਕਰੈਕਟਰ ਨਹੀਂ ਦਿੱਤੇ ਗਏ, ਇਹੀ ਕਾਰਨ ਨੇ ਮੂਵੀ ਦੇ ਫਲੋਪ ਹੋਣ ਦੇ। ਬਾਕੀ ਗਾਇਜ਼ ਇਹ ਮੂਵੀ ਚੌਪਾਲ 'ਤੇ ਅਵੇਲੇਬਲ ਹੈ, ਜੇ ਤੁਸੀਂ ਦੇਖਣੀ ਹੈ ਤਾਂ ਉੱਥੇ ਜਾ ਕੇ ਦੇਖ ਸਕਦੇ ਹੋ। ਸੋ ਇਹ ਸੀ ਮੇਰੇ ਰਿਵਿਊ ਇਹ ਮੂਵੀ ਲਈ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਕਰ ਦਿਉ ਅਤੇ ਇਹੋ ਜਿਹੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ। ਮਿਲਦੇ ਹਾਂ ਹੋਰ ਵੀਡੀਓ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।